चार मुंडे आए है, एक अनपछाता है, तीन मैं जानता। मेरे को पैसे मंगते सी, मैं कहा मैं कहते थानू पैसे देव, कहते ब्याजी दे पैसे सानू। मैं कहा मैं कोई पैसे देने, मेरे को अगे भी मंगे मैं दिते नहीं। कौन नहीं आए, इन्होंने नशा पीता है। मेरे भी इन्होंने सट मारी, ठीक है जी, मेरे फादर से भी मारी, मेरे मदर से भी मारी। किन्ने बंदे सी, कहते आए सी? एक थ्री व्हीलर सी, एक कार सी। जल्दी जल्दी आया तो देखा कि घर सारा लो लुआन है, और इन्होंने जिस तरह दसिया कि घर के अंदरों सैल्फ डिफेंस के लिए इन्होंने जो निजी लड़ाई है यार मुंडे नाल बाहर लड़ लो यार, तुसी प्यो दे सट्टा मारो यार, तुसी घर मां नूं हाथ चको, सब दे ये चीज जिहड़ी है बर्दाश्त तो बाहर। कितने फायर होए जरा मौके तो पता लगे कितने फायर होए? ਸ਼ਰਨਦੀਪ ਸਿੰਘ ਸਾਗਰ ਕੀ ਗੱਲ ਹੋਈ? ਇਹ ਮੇਰੀ ਮਦਰ ਆ। ਕੀ ਗੱਲ ਹੋਈ? ਮੈਂ ਬਾਹਰ ਖੜਾ ਪਿਆ ਸੀ, ਠੀਕ ਹੈ ਜੀ, ਚਾਰ ਮੁੰਡੇ ਆਏ ਆ, ਇੱਕ ਅਨਪਛਾਤਾ ਜੀ, ਤਿੰਨ ਮੈਂ ਜਾਣਦਾ। ਮੇਰੇ ਕੋਲ ਆ ਕੇ ਇਹਨਾਂ ਨੇ 1,00,000 ਰੁਪਏ ਮੰਗਿਆ ਮੈਨੂੰ, ਕਹਿੰਦੇ 1,00,000 ਰੁਪਏ ਦੇ ਜੇ ਤੂੰ ਮੁਹੱਲੇ 'ਚ ਕੇਬਲ ਚਲਾਉਣੀ ਹੈ। ਅੱਛਾ, ਠੀਕ ਹੈ ਜੀ, ਕੇਬਲ ਓਪਰੇਟਰ ਤੋਂ? ਹਾਂਜੀ, ਕੇਬਲ ਓਪਰੇਟਰ ਤੋਂ। ਮੈਨੂੰ ਕਹਿੰਦੇ 1,00,000 ਰੁਪਏ ਦੇ ਜੇ ਤੂੰ ਕੇਬਲ ਚਲਾਉਣੀ ਹੈ। ਮੇਰੇ ਕੋਲ ਪੈਸੇ ਮੰਗਦੇ ਸੀ, ਮੈਂ ਕਿਹਾ ਮੈਂ ਕਹਿੰਦਾ ਤੁਹਾਨੂੰ ਪੈਸੇ ਦੇਵਾਂ, ਕਹਿੰਦੇ ਵਿਆਜੀ ਦੇ ਪੈਸੇ ਸਾਨੂੰ। ਮੈਂ ਕਿਹਾ ਮੈਂ ਕੋਈ ਪੈਸੇ ਦੇਣੇ, ਮੇਰੇ ਕੋਲ ਅੱਗੇ ਵੀ ਮੰਗੇ ਮੈਂ ਦਿੱਤੇ ਨਹੀਂ। ਹੁਣ ਨਹੀਂ ਆਏ, ਇਹਨਾਂ ਨੇ ਨਸ਼ਾ ਪੀਤਾ ਹੋਇਆ ਸੀ, ਠੀਕ ਹੈ ਜੀ। ਮੇਰੇ ਕੋਲ ਆਏ, ਮੈਨੂੰ ਕਹਿੰਦੇ ਪੈਸੇ ਦੇ। ਮੈਂ ਕਿਹਾ ਮੈਂ ਤੁਹਾਨੂੰ ਕਾਹਦੇ ਪੈਸੇ ਦੇਵਾਂ? ਇੰਨੀ ਜੀ ਗੱਲ ਹੋਈ, ਇਹਨਾਂ ਨੇ ਲੜਨਾ ਸ਼ੁਰੂ ਕਰਤਾ। ਇਹ ਮੇਰੇ ਘਰ ਤੱਕ ਆ ਗਏ, ਲੜਦੇ 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 ਮੇਰੇ ਘਰ ਤੱਕ ਆ ਗਏ ਅੰਦਰ, ਠੀਕ ਹੈ ਜੀ। ਮੇਰੇ ਵੀ ਇਹਨਾਂ ਨੇ ਸੱਟ ਮਾਰੀ, ਠੀਕ ਹੈ ਜੀ, ਮੇਰੇ ਫਾਦਰ ਦੇ ਵੀ ਮਾਰੀ ਅਤੇ ਮੇਰੇ ਮਦਰ ਦੇ ਵੀ ਮਾਰੀ। ਕਿੰਨੇ ਬੰਦੇ ਸੀ, ਕਾਹਤੇ ਆਏ ਸੀਗੇ? ਇੱਕ ਥ੍ਰੀ ਵੀਲਰ ਸੀ, ਇੱਕ ਕਾਰ ਸੀ। ਅੱਛਾ, ਸਵਿਫਟ ਗੱਡੀ ਸੀ। ਕੋਈ ਪੁਰਾਣੀ ਰੰਜਿਸ਼ ਵੀ ਹੈ ਤੁਹਾਡੀ? ਪੁਰਾਣੀ ਰੰਜਿਸ਼ ਨਹੀਂ ਕੋਈ ਹੈਗੀ, ਮੇਰੇ ਕੀ ਪੈਸੇ ਮੰਗਦੇ ਆ ਬਸ। ਨਜਾਇਜ਼ ਕਿਹਨਾਂ ਤੋਂ ਹਮਲਾ ਕੀਤਾ ਗਿਆ ਉਹਨਾਂ ਦਾ ਨਾਮ? ਇੱਕ ਮੁੰਡਾ ਹੈਗਾ ਰੋਹਨ, ਠੀਕ ਹੈ ਜੀ, ਇੱਕ ਹੈਗਾ ਗੋਪੀ, ਇੱਕ ਹੈਗਾ ਰਾਹੁਲ। ਮੈਨੂੰ ਤਿੰਨ ਦਾ ਮੁੰਡਾ ਪਤਾ, ਇੱਕ ਦਾ ਨਾ ਪਤਾ। ਘਰ ਦੇ ਅੰਦਰ ਵੜ ਕੇ ਅਟੈਕ ਹੋਇਆ? ਹਾਂਜੀ ਹਾਂਜੀ, ਘਰ ਦੇ ਅੰਦਰ ਵੜ ਕੇ ਅਟੈਕ ਕੀਤਾ ਇਹਨਾਂ ਨੇ। ਕੌਣ ਕੌਣ ਕਾਇਲ ਹੋਏ? ਵੱਡੇ ਆਪਾਂ ਗੋਲੀ ਮਾਰੀ, ਚੜੀ ਖੋਲ ਲਗੇ, ਬੇਬ ਕੱਢ ਕੇ ਰੱਖੇ। ਗੋਲੀ ਵੀ ਚਲਾਈ ਉਹਨਾਂ ਨੇ? ਹਾਂਜੀ ਚਲਾਈ, ਆਪਣੇ ਫਾਇਰ ਕੀਤਾ। ਫਾਇਰ ਕੀਤਾ? ਹਾਂਜੀ, ਦੋ ਦਾ ਫਾਇਰ ਕੀਤੇ ਉਹਨਾਂ ਦੇ। ਅੱਛਾ, ਪਿਸਤੌਲ ਖੋ ਕੇ ਲਗੇ? ਮੇਰੇ ਪਿਸਤੌਲ ਤੇ ਮੇਰੇ ਤੇ ਨਹੀਂ ਦੌਰਾ ਬੈਠ ਚੜਾ। ਤੁਹਾਡੀ ਪਿਸਤੌਲ ਖੋ ਕੇ ਲਗੇ? ਹਾਂਜੀ ਹਾਂਜੀ, ਸਾਡੀ ਪਿਸਤੌਲ ਖੋ, ਸਾਡੇ ਤੇ ਫਾਇਰ ਕੀਤਾ। ਅੱਛਾ, ਸਾਨੂੰ ਅੰਦਰ ਭੱਜ ਗਿਆ ਜਦੋਂ ਬੰਦੇ ਭੱਜ ਗਏ ਆਏ। ਤੁਹਾਡੇ ਫਾਦਰ ਨੇ? ਹਾਂਜੀ ਹਾਂਜੀ, ਮੇਰੇ ਫਾਦਰ। ਤੇ ਕੌਣ ਕੌਣ ਕਾਇਲ ਹੋਇਆ ਇਸ ਹਮਲੇ 'ਚ? ਇਹ ਮੈਂ ਕਾਇਲ ਹੋਇਆ, ਮੇਰੇ ਫਾਦਰ ਕਾਇਲ ਹੋਏ ਤੇ ਮੰਮੀ ਕਾਇਲ ਹੋਏ। ਮੇਰੀ ਚੈਨੀ ਵੀ ਲਾ ਲਈ, ਠੀਕ ਹੈ ਜੀ, ਖੋ ਬਾਏ ਬੰਦੇ ਪੈ ਵੀ ਖੋ ਕੇ ਲੈ ਗਏ। 70,000 ਰੁਪਏ ਇੱਕ ਮੁੰਡਾ ਰੋਹਨ, ਇੱਕ ਗੋਪੀ ਆ, ਇੱਕ ਰਾਹੁਲ, ਤਿੰਨ ਮੁੰਡੇ। ਕਿਹੜੀ ਜਗ੍ਹਾ ਦੇ? ਇੱਕ ਆ ਇੱਥੇ ਰਹਿੰਦਾ ਕੁਆਟਰਾਂ ਦੇ, 40 ਕੁਆਟਰਾਂ ਦੇ ਕੋਲ, ਤੇ ਇੱਕ ਰਹਿੰਦਾ ਅੱਗੇ ਭਰਤ ਨਗਰ। ਕੰਮ ਕੀ ਕਰਦੇ ਨੇ? ਕਈ ਬੰਦੇ ਨੇ ਕੀਤਾ ਇੱਥੇ ਪਰਿਵਾਰ ਹੈ, ਉਹਨੇ ਮੈਨੂੰ ਫੋਨ ਆਇਆ ਸੀਗਾ ਕਿ ਕੋਈ ਹਮਲਾ ਹੋਇਆ ਘਰ ਦੇ ਵਿੱਚ ਅਤੇ ਪਿਸਤੌਲ ਖੋ ਕੇ ਲੈ ਗਏ। ਮੈਂ ਜਲਦੀ ਜਲਦੀ ਆਇਆ ਅਤੇ ਦੇਖਿਆ ਕਿ ਘਰ ਸਾਰਾ ਖੋ ਲੋ ਲਵਾਉਣ ਹੈ, ਔਰ ਇਹਨਾਂ ਨੇ ਜਿਸ ਤਰ੍ਹਾਂ ਦੱਸਿਆ ਕਿ ਘਰ ਦੇ ਅੰਦਰੋਂ ਸੈਲਫ ਡਿਫੈਂਸ ਦੇ ਲਈ ਇਹਨਾਂ ਨੇ ਗੋਲੀ ਵੀ ਰੱਖੀ ਚਲਾਈ ਆਪਣੀ, ਜਿਹੜੀ ਇਹਨਾਂ ਕੋਲ ਲਸੈਂਸੀ ਪਿਸਤੌਲ ਹੈ, ਔਰ ਉਹ ਬੰਦੇ ਜ਼ਿਆਦਾ ਹੋਣ ਕਰਕੇ ਉਹਨਾਂ ਕੋਲ ਹਥਿਆਰ ਹਥਿਊਰ ਸੀਗੇ, ਔਰ ਉਹ ਜਿਹੜਾ ਹੈ ਪਿਸਤੌਲ ਵੀ ਖੋ ਕੇ ਲੈ ਗਏ, ਔਰ ਤੁਹਾਡੇ ਸਾਹਮਣੇ ਹੀ ਹੈ ਇਹ ਸਿਰ ਬੋਲ ਮੂੰਹ ਬੋਲਦੀਆਂ ਤਸਵੀਰਾਂ, ਖੂਨ ਨੂੰ ਖੂਨ ਘਰ ਹੋਇਆ ਪਿਆ, ਔਰ ਮੈਂ ਸਮਝਦਾ ਇਹ ਨਿਰੀ ਸਿੱਧੇ ਤੌਰ 'ਤੇ ਗੁੰਡਾਗਰਦੀ ਆ। ਸ਼ਹਿਰ ਦੇ ਵਿੱਚ ਕਿਵੇਂ ਲੋਅ ਐਂਡ ਆਰਡਰ ਦੀ ਧੱਜੀਆਂ ਉਡਾਈਆਂ ਜਾ ਰਹੀਆਂ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਕਿਸੇ ਵੀ ਪ੍ਰਕਾਰ ਨਾਲ ਜੇ ਰਾਤ ਨੂੰ ਕਿਸੇ ਦੇ ਘਰ ਅੰਦਰ ਵੜ ਕੇ ਕੁੱਟਣਾ, ਲੁੱਟਣਾ, ਖੋਹ ਕਰਨੀ ਜਿਹੜੀ ਹੈ ਉਹ ਆਪਣੇ ਆਪ 'ਚ ਹੈ
जग जाहिर कर दी है कि लोगों के जोड़े गलत लोग ने उन्होंने डर घटता जा रहा है, पर हुणी पुलिस के ध्यान से मामला लिया, हुणी उन्होंने कहा कि असी तुरंत मौके पर आने देखते हैं कि कार्रवाई करते। और मैं समझदा कि यह जी गुंडागर्दी किसी के घर के अंदर वड़ जाना, और कोई जिस तरह इन्हों का दसना है कि कोई यह जी लड़ाई भी नहीं, कोई पैसे पूहे मंगने की गल है, मैं समझदा बिल्कुल गलत गल है। और इस दे उत्ते पुलिस नूं सख्त जड़ा है, कोई निजी रंजिश है, बाकी लुटखो करन आए सीगे पैसे मंगन दे। को निजी रंजिश जानकार है बंदे इत्थे दे इन्हां दे, और किस नीयत ना आए वो पुलिस तफ्तीश करूगी। और जड़ा आके अंदर कुटमार तुहाडे सामने खून लगा घर दे विच और लेडीज ने मार जाना, जे निजी लड़ाई है यार मुंडे नाल बाहर लड़ लो यार, तुसीं प्यो दे सट्टा मारो यार, तुसीं घर मां नूं हत्थ चक्को, सब दे ए चीज जिहड़ी है बर्दाश्त तों बाहर। किन्ने क फायर होए जिहड़ा मौके तों पता लग्गे कोई किन्ने क फायर होए है, जिस फायर किन्ने होए दस्सिया कि दो जो अपना बचाव दे लई कीता बंदे ज्यादा होण करके, क्योंकि पिता ने पुत नूं इस चक्कर चों कढ़ना ही होंदा कि कितें गोली ना कितें लग्गे, उन्होंने इसका फायदा चक के जफा पा के पता नहीं पिस्तौल खोया किदां खोया, उन्हें अपने बच्चे नूं बचाना रोका है ਤੇ ਉਹਨਾਂ ਨੇ ਇਹਦਾ ਫਾਇਦਾ ਚੱਕ ਕੇ ਜਿਹੜਾ ਪਿਸਤੌਲ ਖੋਇਆ ਉਹ ਸਾਰੀ ਚੀਜ਼ ਫਾਇਰਿੰਗ ਉਹ ਵੀ ਕਰਕੇ ਗਏ ਜਾਂਦੇ ਆਹੋ ਚਲਾਣੇ ਦੇ ਗੋਲੀਆਂ ਜਦੋਂ ਖੋਲੀ ਪਿਸਤੌਲ ਉਸ ਤੋਂ ਬਾਅਦ ਉਹਨਾਂ ਨੇ ਚਲਾਈ ਜਿੱਦਾਂ ਇਹ ਕਹਿੰਦੇ ਆ ਤੇ ਮੇਰੀ ਪ੍ਰਸ਼ਾਸਨ ਅੱਗੇ ਮੰਗ ਹੈ ਕਿ ਤੁਰੰਤ ਜਿਹੜਾ ਸਖ਼ਤ ਕਾਰਵਾਈ ਕਰਕੇ ਔਰ ਕੋਈ ਵੀ ਜਿਹੜਾ ਗੁੰਡਾਗਰਦੀ ਕਰਦਾ ਕਿਸੇ ਦਾ ਕੋਈ ਲਿਹਾਜ਼ ਨਹੀਂ ਹੋਣਾ ਚਾਹੀਦਾ ਗੁੰਡਾਗਰਦੀ ਦਾ ਕੋਈ ਸਥਾਨ ਨਹੀਂ ਘਰਾਂ ਦੇ ਅੰਦਰ ਵੜ ਕੇ ਰਾਤਾਂ ਨੂੰ ਕੁੱਟਣਾ ਲੁੱਟਣਾ ਔਰ ਮਹਿਲਾਵਾਂ ਦੇ ਮਾਂ ਪਿਓ ਦੇ ਹੱਥ ਚੱਕ ਦੇਣੇ ਮੈਂ ਸਮਝਦਾ ਬਿਲਕੁਲ ਮਾੜੀ ਗੱਲ ਹੈ ਪੁਲਿਸ ਨਹੀਂ ਪਹੁੰਚੀ ਪੁਲਿਸ ਆ ਰਹੀ ਹੈ ਬਸ ਦੋ ਚਾਰ ਮਿੰਟ ਦੇ ਵਿੱਚ